ਆਪਾਂ ਪੜ੍ਹਦੇ ਹਾਂ ਮੂਤ ਪਲੀਤੀ ਕੱਪੜ ਹੋਵੇ, ਕੋਈ ਕੱਪੜਾ ਗੰਦਾ ਹੋ ਜਾਂਦਾ ਹੈ, ਆਪਾਂ ਪਾਣੀ ਔਰ ਸਾਬਣ ਦੇ ਨਾਲ ਉਹਨੂੰ ਧੋ ਸਕਦੇ ਹਾਂ। ਮਗਰ ਜਿਹੜੀ ਸਾਡੀ ਅੰਦਰਲੀ ਮੈਲ ਹੈ ਉਹ ਸਿਰਫ ਪਾਣੀ ਔਰ ਸਾਬਣ ਦੇ ਨਾਲ ਨਹੀਂ ਸਾਫ਼ ਹੋਣ ਲੱਗੀ। ਇਸ ਕਰਕੇ ਆਪ ਨੇ ਸਮਝਾਇਆ ਸੀ, ਉਹ ਧੋਪੇ ਨਾਵੇਂ ਕੇ ਰੰਗ। ਜਿੰਨਾ ਚਿਰ ਅਸੀਂ ਆਪਣੇ ਆਪ ਨੂੰ ਉਸ ਨਾਮ ਉਸ ਸ਼ਬਦ ਦੇ ਰੰਗ ਵਿੱਚ ਨਹੀਂ ਰੰਗਾਂਗੇ, ਇਨਸਾਨ ਕਮਜ਼ੋਰ ਹੈ, ਇਹ ਨਹੀਂ ਨਿਭਾ ਸਕਦਾ, ਸਰੀਰ ਵਿੱਚ ਇਹ ਤਾਕਤ ਨਹੀਂ ਹੈ ਕਿ ਇਹ ਸਾਰਾ ਕੁਛ ਨਿਭਾ ਸਕੇ। ਇਹ ਤਾਂ ਜਿੰਨਾ ਚਿਰ ਉਹਦੀ ਉਸ ਅਕਾਲ ਪੁਰਖ ਦੀ, ਉਸ ਖੁਦਾ ਦੀ, ਉਸ ਮਾਲਕ ਦੀ ਬਖਸ਼ਿਸ਼ ਨਾ ਹੋਵੇ, ਇਨਸਾਨ ਇਸ ਲਾਇਕ ਨਹੀਂ ਹੈ। ਅਸੀਂ ਤਾਂ ਆਪਣੀ ਛੋਟੀ ਜਿਹੀ ਭਗਤੀ ਦੇ ਜ਼ਰੀਏ ਸਿਰਫ ਆਪਣੇ ਆਪ ਨੂੰ ਤਿਆਰੀ ਵਿੱਚ ਲਗਾ ਸਕਦੇ ਹਾਂ, ਮਿਲੂਗਾ ਉਹਦੀ ਬਖਸ਼ਿਸ਼ ਦੇ ਨਾਲ ਮਿਲੂਗਾ, ਉਹਦੀ ਕਿਰਪਾ ਦੇ ਨਾਲ ਮਿਲੂਗਾ।